ਉਹਦਾ ਬਾਬਾ ਜੀ ਮਤਲਬ ਠੀਕ ਠੂਕ ਵੀ ਕਰਦੇ ਲੋਕਾਂ ਨੂੰ? ਹਾਂਜੀ ਠੀਕ ਕਰਨਗੇ ਜੀ। ਨਹੀਂ ਨਹੀਂ ਮੇਰਾ ਮਤਲਬ ਆ ਵੀ ਉਦਾਂ ਸ਼ਕਤੀ ਸ਼ਕਤੀ ਨਾਲ ਠੀਕ ਵੀ ਕਰਦੇ ਕਿਸੇ ਨੂੰ? ਹਾਂਜੀ ਹਾਂਜੀ ਹਾਂਜੀ। ਮਨੋਕਾਮਨਾ ਪੂਰੀਆਂ ਵੀ ਕਰਦੇ? ਮਨੋਕਾਮਨਾ ਪੂਰੀਆਂ ਹੋਣੀਆਂ ਨੇ ਜੀ, ਸ਼ਰਧੋ ਸ਼ਰਧਾ ਨਾਲ ਸੇਵਦੇ ਗੁਰੂ ਪਾਰੁਮ ਤਾਰਨ ਹਾਰ। ਅੱਛਾ ਗੁਰੂ ਆ ਉਹ? ਨਹੀਂ ਗੁਰੂ ਨੀ ਹੈਗੇ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ। ਨਹੀਂ ਸ੍ਰਿਸ਼ਟ ਕਰਤਾ ਤਾਂ ਰੱਬ ਵਾ, ਤੇ ਬਾਬਾ ਜੀ ਸਾਰੀ ਸ੍ਰਿਸ਼ਟੀ ਬਣਾਉਣ ਲਈ? ਨਹੀਂ ਬਾਬਾ ਜੀ ਨਹੀਂ, ਬਾਬਾ ਜੀ ਵੀ ਨੇ। ਨਹੀਂ ਨਹੀਂ ਸਾਰੀ ਸ੍ਰਿਸ਼ਟੀ ਬਣਾਉਣ ਤਾਂ ਰੱਬ ਜੀ ਆ। ਹਾਂਜੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪ੍ਰਮਾਤਮਾ ਵਾ, ਤੇ ਤੁਸੀਂ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟੀ ਦਾ ਕਰਤਾ। ਹਾਂਜੀ ਜਿਹੜੇ ਜਿਹੜੇ ਤੇ ਉਹਦੀ ਕਿਰਪਾ ਵਾ ਜੀ ਉਹ ਕਰ ਸਕਦਾ ਵਾ ਜੀ। ਹਾਂਜੀ ਜਿਹਨੇ ਤੁਹਾਡੀ ਕਿਰਪਾ ਜਿਹਨੇ ਉਹਨੂੰ ਰੱਬ ਨੂੰ ਪਾਇਆ ਵਾ ਜੀ ਉਹ ਕਰ ਸਕਦਾ ਵਾ ਜੀ। ਮੇਰਾ ਤੁਸੀਂ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟੀ ਦਾ ਕਰਤਾ, ਬ੍ਰਹਮ ਗਿਆਨੀ ਤੋਂ ਜਿਹਨੇ ਸਾਰੀ ਦੁਨੀਆ ਬਣਾਈਆਂ, ਮਤਲਬ ਇਹ ਸਵਾਲ ਹੈ ਤੁਹਾਡੇ ਬਾਬਾ ਜੀ ਨੇ ਸਾਰੀ ਦੁਨੀਆ ਬਣਾਈਆਂ? ਹਾਂਜੀ ਜਿਹੜਾ ਉਹਦਾ ਭਗਤ ਜਾਨਾ ਜੀ ਸਾਰਾ ਕੁਛ ਉਹ ਕਰ ਸਕਦਾ ਵਾ ਜੀ, ਉਹਦੀ ਕਿਰਪਾ ਨਾਲ ਉਹਦੇ ਹੁਕਮ ਨਾਲ ਕਰ ਸਕਦਾ ਜੀ, ਉਹਦੀ ਬੇਨਤੀ ਕਰਨੀ ਅਰਦਾਸ ਕਰਨੀ ਆ ਜੀ। ਮੈਂ ਕਿਹਾ ਵੀ ਬ੍ਰਹਮ ਗਿਆਨੀ ਆ ਸਾਰੀ ਦੁਨੀਆ ਬਣਾਉਣ ਵਾਲਾ, ਤੁਹਾਡੇ ਬਾਬਾ ਜੀ ਨੇ ਸਾਰੀ ਦੁਨੀਆ ਬਣਾਈ ਆ? ਬ੍ਰਹਮ ਗਿਆਨੀ ਨੇ ਤਾਂ ਦੁਨੀਆ ਦਾ ਬਣਾਈ ਆ ਜੀ, ਉਹ ਤਾਂ ਰੱਬ ਨੇ ਬਣਾਈ ਆ ਦੁਨੀਆ ਦਾ। ਤਿੰਨ ਕਾਨੂੰਨ ਜਿਹੜੇ ਕਾਲੇ ਸਰਕਾਰ ਨੇ ਪਾਸ ਕੀਤੇ ਰੱਬ ਦੀ ਕਰਾ ਦੋ। ਹਾਂਜੀ ਤੁਸੀਂ ਵੀ ਤੁਸੀਂ ਕਰਾ ਦਿੰਦੇ ਜੀ ਉਹ? ਮੈਂ ਤਾਂ ਕਹਿੰਦਾ ਨੀ, ਮੈਂ ਤਾਂ ਕਹਿੰਦਾ ਨੀ ਸਾਡੀ ਸ਼ਕਤੀ ਹੈਗੀ, ਮੈਂ ਤੁਸੀਂ ਹੁਣੇ ਕਹਿੰਦੇ ਸਾਡੇ ਬਾਬਿਆਂ ਦੀ ਸ਼ਕਤੀ ਹੈਗੀ, ਮੈਂ ਵੀ ਬਾਬਾ ਜੀ ਕੋਲ ਚੱਲ ਕੇ ਆਉਣ ਹੋ ਜਾਣਗੇ ਜੀ। ਮਤਲਬ ਕਿਸਾਨਾਂ ਨੂੰ ਭੇਜ ਦੀਏ ਤੁਹਾਡੇ ਬਾਬਾ ਜੀ ਕੋਲ? ਹਾਂ ਭੇਜ ਦਿਓ ਜੀ ਭੇਜ ਦਿਓ। ਕੀ ਮਤਲਬ ਕਿਹੜੀ ਜਗ੍ਹਾ ਡੇਰਾ ਮੈਂ ਭੇਜ ਦਾਂ ਕਿਸਾਨਾਂ ਨੂੰ, ਤੇ ਵੀ ਉਹ ਕਾਨੂੰਨ ਰੱਦ ਕਰਾਉਣਗੇ ਫਿਰ? ਦੇਖੋ ਜੀ ਉਹ ਤਾਂ ਜਦੋਂ ਸ਼ਰਨ ਜਾਣਗੇ ਹੋਣਗੇ ਜੀ, ਨਹੀਂ ਜਾਣਕੀ ਅਰਦਾਸ ਦੱਸੇ ਤਾਂ ਹੋਣਗੇ ਜੀ। ਰੱਬ ਨੂੰ ਬੇਨਤੀ ਕਰਨੀ, ਰੱਬ ਨੂੰ ਕਹਿਣਾ ਉਹਨੇ ਕੰਮ ਕਰਨਾ। ਇਹਦਾ ਮਤਲਬ ਇਹ ਆ ਵੀ ਬਾਬਾ ਜੀ ਤੁਹਾਡੇ ਕੋਲ ਕਿਸਾਨ ਆਉਣ ਫੇਰ ਕਾਨੂੰਨ ਰੱਦ ਕਰਾਉਣਗੇ ਜੀ? ਆਪਾਂ ਪਹਿਲਾਂ ਦੇਖੋ ਜੀ, ਉਹਨਾਂ ਕੋਈ ਵੀ ਮੋਢੀ ਬੰਦਾ ਆ ਕੇ ਕਹਿ ਸਕਦਾ ਵਾ ਜੀ ਆ ਕੇ? ਹਾਂਜੀ ਆਪਾਂ ਪ੍ਰਧਾਨ ਮੰਤਰੀ ਕੋਲ ਉਹਦੇ ਕੋਲ ਚੱਲ ਕੇ ਜਾਂਦੇ ਆ ਆਪਾਂ, ਹਰੇ ਬਾਬਾ ਜੀ ਕਿਤੇ ਜਾਣੇ ਚੱਲ ਕੇ ਜਾਂਦੇ ਆ ਜੀ। ਤੁਹਾਡੇ ਬਾਬਾ ਜੀ ਤੁਹਾਡੇ ਕੋਲ ਕੋਈ ਆਊਗਾ ਚੱਲ ਕੇ ਆਊਗਾ ਨਾ? ਤੁਹਾਡੇ ਬਾਬਾ ਜੀ ਡੀਕਨ ਡਾ ਜੇ ਵੀ ਹੋਰ ਕਿਸਾਨ ਪੂਰੇ ਹੋ ਜਾਣ, ਮਾਵਾਂ ਦੇ ਪੁੱਤ ਚੜਾਈ ਕਰ ਜਾਣ, ਤੇ ਫੇਰ ਕਾਨੂੰਨ ਰੱਦ ਕਰਾਉਣੇ? ਏਦਾਂ ਪਰ ਉਪਕਾਰ ਕਰਦਾ ਹਾਂ, ਏਦਾਂ ਰੱਦ ਕਰਾ ਦਾ ਜ਼ਰੂਰ ਡੀਕਨ ਡਾ, ਕੋਈ ਆਵੇ ਤੇ ਕਵੇ ਤੇ ਫੇਰ ਕਰਨਾ ਮੈਂ। ਹਾਂਜੀ ਮਤਲਬ ਇੰਨੀ ਦੁਨੀਆ, ਕਿੰਨੇ ਕਿਸਾਨ ਆਪਣੇ ਪੂਰੇ ਹੋ ਗਏ ਆ, ਟਿੱਕਰੀ ਬਾਰਡਰ ਆਪਣੀਆਂ ਮਾਵਾਂ ਤੋਂ ਟਰੱਕ ਚੜ੍ਹਤਾ ਦੇਖੋ ਜੀ। ਅਸੀਂ ਤਾਂ ਕਿਸਾਨਾਂ ਦੇ ਕੋਲ ਆਵਾਜ਼ ਪਹੁੰਚਾਈ ਆ, ਕਿਸਾਨਾਂ ਨੂੰ ਸਾਰਾ ਕੁਛ ਕਿਹਾ ਵਾ ਜੀ ਵੀ ਭਾਈ ਤੁਸੀਂ ਉਸ ਵਾਹਿਗੁਰੂ ਦੀ ਓਟ ਲਓ, ਤੁਸੀਂ ਆਓ ਚੱਲ ਕੇ, ਤੁਹਾਡੀ ਅਰਦਾਸ ਪੂਰੀ ਹੋਊਗੀ ਸੁਣੀ ਜਾਊਗੀ। ਚਲੋ 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 ਫੇਰ ਏਦਾਂ ਕਰਦੇ, ਤੁਹਾਡੀ 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 ਤੁਹਾਡੇ ਬਾਬੇ ਦਾ ਨਾਮ ਪਹੁੰਚਾ ਦੇਣੇ ਕਿਸਾਨਾਂ ਤੱਕ, ਤੇ ਵਧੀਆ ਗੱਲ ਜੇ ਤੁਸੀਂ ਕਾਨੂੰਨ ਰੱਦ ਕਰਾਉਣਾ ਫੇਰ ਆਪਾਂ ਜ਼ਰੂਰ ਮਾਵਾਂ ਦੇ ਪੁੱਤ ਮਾਰਨੇ। ਠੀਕ ਆ ਜੀ, ਅਸੀਂ ਤਾਂ ਕਹਿੰਦੇ ਵੀ ਦੇਖੋ ਮਸਲਾ ਹੱਲ ਜਿਹੜਾ ਹੋਣਾ ਚਾਹੀਦਾ, ਅਸੀਂ ਇਹ ਤਾਂ ਨੀ ਕਹਿੰਦੇ ਵੀ ਨਹੀਂ ਹੋਣਾ ਚਾਹੀਦਾ ਜੀ। ਅੱਛਾ ਅੱਛਾ, ਉਹ ਕਰਨਾ ਤਾਂ ਰੱਬ ਨੇ, ਉਹ ਤਾਂ ਹੋਣਾ ਤਾਂ ਰੱਬ ਰਾਹੀਂ ਆ ਜੀ। ਕੀ ਤੁਹਾਡਾ ਨਾਮ, ਕੀ ਸ਼ੁਭ ਨਾਮ ਜੀ ਤੁਹਾਡਾ ਭਾਜੀ? ਹਾਂਜੀ ਤੁਹਾਡਾ ਸ਼ੁਭ ਨਾਮ ਕੀ ਹੈ? ਤੁਹਾਡਾ ਨਾਮ ਕੀ ਮੈਂ ਕਿਹਾ? ਹੈਲੋ 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 ਭਾਜੀ। ਹਾਂਜੀ 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 ਵਾਹਿਗੁਰੂ ਜੀ। ਮੈਂ ਕਿਹਾ ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮੇਰਾ ਨਾਮ ਤਾਂ ਹੈਗਾ ਜੀ, ਜਿਹੜਾ ਤੁਸੀਂ ਤੁਸੀਂ ਆ ਜਿਓ, ਕੋਈ ਗੱਲ ਨੀ, ਤੁਸੀਂ ਆ ਕੇ ਉਹਦਾ ਨਾਲ ਮਿਲ ਲਿਓ, ਤੁਸੀਂ ਵਿਚਾਰ ਕਰ ਲਿਓ। ਤੁਸੀਂ ਮੇਰਾ ਮੈਨੂੰ ਫੋਨ ਲਾਇਆ, ਮੇਰਾ ਨਾਮ ਸਰਬਜੀਤ ਸਿੰਘ, ਤੁਹਾਡਾ ਵੀ ਕੋਈ ਨਾਮ ਹੋਊਗਾ, ਤੁਸੀਂ ਆਪਣੇ ਬਾਬੇ ਦਾ ਨਾਮ ਦੱਸਦਾ, ਆਪਣਾ ਵੀ ਨਾਮ ਦੱਸਦੋ, ਕੀ ਨਾਮ ਤੁਹਾਡਾ? ਹਾਂਜੀ ਸਾਡਾ ਨਾਮ ਤਾਂ ਜੀ ਲਿਖਿਆ ਤੇ ਆ ਹੀ ਰਿਹਾ ਉਹਦੇ ਕੋਲੇ, ਤੇ ਮੈਂ ਕੋਈ ਸੇਵ ਥੋੜਾ ਕੀਤਾ, ਮੈਨੂੰ ਹੁਣ ਕੀ ਪਤਾ ਵੀਰੇ ਤੁਹਾਡਾ ਮੇਰਾ ਨਾਮ ਤੁਹਾਡੇ ਕੋਲ ਨਾ, ਤੁਸੀਂ ਆਪਣਾ ਨਾਮ ਦੱਸ ਦੋ, ਤੁਹਾਡਾ ਨਾਮ ਕਿਹੜਾ ਸੇਵ ਕੀਤਾ ਮੈਨੂੰ ਪਤਾ ਲੱਗਣਾ। ਕੋਈ ਗੱਲ ਨੀ ਤੁਸੀਂ ਆ ਜਾਓ, ਤੁਹਾਡੀ ਗੱਲਬਾਤ ਹੋਜੂਗੀ। ਤੁਸੀਂ ਬਾਬਾ ਜੀ, ਮੈਂ ਤੁਹਾਡਾ ਨਾਮ ਪੁੱਛਣ ਰਿਹਾ ਵੀ ਤੁਸੀਂ, ਤੁਹਾਡਾ ਸ਼ੁਭ ਨਾਮ ਕੀ ਆ? ਤੁਸੀਂ ਆਪਣੇ ਬਾਬਾ ਜੀ ਦੇ ਸੇਵਕ ਬੋਲਦੇ ਆ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਆ, ਤੇ ਨਾਮ ਹੀ ਦੱਸ ਦੋ ਬਾਬਾ ਜੀ ਬੇਗਮਪੁਰਾ ਜੀ। ਬੇਗਮਪੁਰਾ ਉੱਥੇ ਰਹਿੰਦੇ ਬਾਬੇ ਜੀ? ਹਾਂਜੀ ਬਾਬੇ ਗ੍ਰਿਸ਼ਤੀ ਆ। ਹਾਂਜੀ ਬਾਬੇ ਵਿਆਹੇ ਆ ਕੇ ਉਦਾਂ ਛੱਡੇ ਆ? ਨਾ ਜੀ ਨਾ, ਗ੍ਰਿਸ਼ਤੀ ਆ ਜੀ, ਘਰ ਪਰਿਵਾਰ ਦੇ ਵਿੱਚ ਰਹਿੰਦੇ ਆ ਜੀ। ਆਪਣਾ ਕਿਰਤ ਵੀ ਕਰਦੇ ਨਾਲ ਉਹਨਾਂ ਨੇ, ਜਦੋਂ ਲੋੜ ਪੈਂਦੀ ਆ ਜਾਈਦਾ ਜੀ ਉਹਨਾਂ ਕੋਲ। ਕੀ ਕਰਦੇ ਉਹ ਕੀ ਕਰਦੇ ਤੁਸੀਂ ਉਹਦੇ ਨਾਲ ਕੀ ਕਰਦੇ? ਉਹ ਖੇਤੀਬਾੜੀ ਦਾ ਕੰਮ ਕਰਦੇ, ਅਸੀਂ ਤਾਂ ਆਪਣਾ ਕਾਰਪੈਂਟਰ ਦਾ ਕੰਮ ਕਰਦੇ ਆ।
ਅੱਛਾ ਤੇ ਤੁਸੀਂ ਤੁਹਾਡਾ ਫਿਰ ਮੇਲ ਕਹਿੰਦਾ ਉਹ ਖੇਤੀਬਾੜੀ ਕਰਦੇ ਤੁਸੀਂ ਕਾਰਪੈਂਟਰ ਦਾ ਕੰਮ ਕਰਦੇ ਹਾਂਜੀ ਅਸੀਂ ਉਹਨਾਂ ਨਾਲ ਅਸੀਂ ਉਹਨਾਂ ਨਾਲ ਸੰਗਤ ਕਰਦੇ ਹਾਂ ਜੀ ਮਸਲਾ ਹੋਣਾ ਚਾਹੀਦਾ ਜੀ ਅਸੀਂ ਤਾਂ ਨਹੀਂ ਕਹਿੰਦੇ ਵੀ ਨਹੀਂ ਹੋਣਾ ਚਾਹੀਦਾ ਮਿਹਰਬਾਨੀ ਤੁਹਾਡੇ ਪਹੁੰਚਾਉਣੇ ਮੈਸੇਜ ਤਗੜੇ ਹੋ ਗਏ ਕਾਨੂੰਨ ਰੱਦ ਕਰਾਓ ਬੇਨਤੀ ਕਰਾਂ ਰੱਬ ਨੂੰ ਕਰੂਗਾ ਜੀ ਕਰਾਉਣਾ ਤਾਂ ਇਹ ਤਾਂ ਰੱਬ ਤੋਂ ਕਰਾਉਣਾ ਜੀ ਕਿਹੜਾ ਆਪ ਕਰਨਾ ਕਰਾਉਣਾ ਤਾਂ ਰੱਬ ਨੇ ਕਰਨਾ ਤਾਂ ਰੱਬ ਨੇ ਆ ਜੀ ਨਹੀਂ ਨਹੀਂ ਤੇ ਕਾਨੂੰਨ ਪਾਸ ਹੀ ਰੱਬ ਨੇ ਕੀਤੇ ਦੇਖੋ ਰੱਬ ਹੀ ਕਰੂਗਾ ਉਹ ਜਿਵੇਂ ਮਰਜ਼ੀ ਜਾ ਕੇ ਕਰ ਦੇਵੇ ਨਹੀਂ ਨਹੀਂ ਕਾਨੂੰਨ ਪਾਸ ਕਿਹਨੇ ਕੀਤੇ ਤਿੰਨ ਕਾਲੇ ਕਾਨੂੰਨ ਪਾਸ ਕਿਹਨੇ ਕੀਤੇ ਉਹ ਤਾਂ ਜੀ ਹੁਣ ਇਹਨਾਂ ਲੋਕਾਂ ਨੇ ਕਰਵਾਏ ਆ ਜੀ ਰੱਬ ਨੇ ਥੋੜੀ ਕਰਵਾਏ ਆ ਜੀ ਰੱਬ ਨੇ ਤਾਂ ਰੱਦ ਕਰਾਉਣੇ ਆ ਜੀ ਅੱਛਾ ਰੱਬ ਰੱਦ ਕਰਾਉਂਦਾ ਪਾਸ ਕੋਈ ਹੋਰ ਕਰਾਉਂਦਾ ਅੱਛਾ ਦੋ ਤਿੰਨ ਮਹਿਕਮੇ ਆ ਵੀ ਪਾਸ ਕਰਨ ਵਾਲਾ ਹੋਰ ਵਾ ਰੱਦ ਕਰਾਉਣ ਵਾਲਾ ਹੋਰ ਠੀਕ ਠੀਕ ਚਲੋ ਵਧੀਆ ਗੱਲ ਆ ਤੁਸੀਂ ਤਗੜੇ ਹੋ ਗਏ ਕਰੋ ਸੇਵਾ ਠੀਕ ਆ ਜੀ ਠੀਕ ਆ ਜੀ ਠੀਕ ਓਕੇ ਜੀ ਓਕੇ।